ਤਾਂ ਜੀ ਹਾਂ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ 'ਚ ਹੁੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਬੀਤੇ ਦਿਨ ਫਿਰੋਜ਼ਪੁਰ ਤੋਂ ਹੁੰਦੀ ਹੋਈ ਫਰੀਦਕੋਟ ਪੁੱਜੀ ਜਿੱਥੇ ਇਸ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਜਿੱਥੇ ਤੱਕ ਨਜ਼ਰ ਜਾਂਦੀ ਹੈ ਟਰੈਕਟਰਾਂ ਦੀਆਂ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਵਿਖਾਈ ਦਿੰਦੀਆਂ ਨੇ, ਫੁੱਲਾਂ ਦੀ ਵਰਖਾ ਹੁੰਦੀ ਨਜ਼ਰ ਆਉਂਦੀ ਹੈ ਅਤੇ ਨਜ਼ਰ ਆਉਂਦਾ ਹੈ ਲੋਕਾਂ ਦਾ ਠਾਠਾ ਮਾਰਦਾ ਇਕੱਠ। ਵਾਕਿਆ 'ਚ ਇਹ ਤਸਵੀਰਾਂ ਇਤਿਹਾਸਿਕ ਨੇ, ਇਹ ਤਸਵੀਰਾਂ ਆਪਣੇ ਆਪ 'ਚ ਸਭ ਕੁਝ ਬਿਆਨ ਕਰ ਰਹੀਆਂ ਨੇ। ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਅੱਜ ਲੋਕਾਂ ਦਾ ਭਰਵਾਂ ਹੁੰਗਾਰਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੱਢੀ ਜਾ ਰਹੀ ਇਸ ਪੰਜਾਬ ਬਚਾਓ ਯਾਤਰਾ ਨੂੰ ਮਿਲ ਰਿਹਾ ਹੈ। ਕਿੰਨਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਜੀ ਹਾਂ, ਵਾਕਈ 'ਚ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰ ਰਹੀਆਂ ਨੇ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਉਹਨਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ, ਕੋਈ ਉਹਨਾਂ ਦੇ ਹੱਥੋਂ ਕੇਕ ਕਟਵਾ ਰਿਹਾ ਹੈ, ਕੋਈ ਉਹਨਾਂ ਦੇ ਨਾਲ ਸੈਲਫੀ ਕਰਵਾਉਣਾ ਚਾਹੁੰਦਾ ਹੈ, ਤਾਂ ਕੋਈ ਸਿਰਫ ਉਹਨਾਂ ਨੂੰ ਇੱਕ ਵਾਰ ਵੇਖਣ ਦੇ ਲਈ ਸੜਕਾਂ 'ਤੇ ਖੜ੍ਹਾ ਇੰਤਜ਼ਾਰ ਕਰ ਰਿਹਾ ਹੈ ਕਿ ਯਾਤਰਾ ਜਦੋਂ ਉਹਨਾਂ ਦੇ ਇਲਾਕੇ 'ਚੋਂ ਲੰਘੇਗੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਨਗੇ, ਉਹਨਾਂ ਨੂੰ ਆਪਣਾ ਦੁੱਖ ਦਰਦ ਦੱਸਣਗੇ, ਆਪਣੀਆਂ ਤਕਲੀਫਾਂ ਦੱਸਣਗੇ। ਤਾਂ ਜੀ ਹਾਂ, ਪੰਜਾਬ ਬਚਾਓ ਯਾਤਰਾ ਦਾ ਇਹ ਕਾਫਿਲਾ ਲਗਾਤਾਰ ਜਾਰੀ ਹੈ। ਲਗਾਤਾਰ ਇਸ ਯਾਤਰਾ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋ ਰਹੇ ਨੇ, ਭਾਵੇਂ ਨੌਜਵਾਨ ਹੋਣ ਜਾਂ ਫਿਰ ਬਜ਼ੁਰਗ ਹੋਣ ਜਾਂ ਫਿਰ ਸਾਡੀਆਂ ਮਾਤਾਵਾਂ ਹੀ ਕਿਉਂ ਨਾ ਹੋਣ, ਸਾਡੀਆਂ ਭੈਣਾਂ ਹੀ ਕਿਉਂ ਨਾ ਹੋਣ, ਹਰ ਵਰਗ ਦੇ ਲੋਕ, ਹਰ ਖਿੱਤੇ ਦੇ ਲੋਕ ਇਸ ਯਾਤਰਾ ਦਾ ਹਿੱਸਾ ਬਣ ਰਹੇ ਨੇ। ਖੇਤਰੀ ਪਾਰਟੀ ਨੂੰ, ਪੰਜਾਬ ਦੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ, ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਅਪੀਲ ਕਰ ਰਹੇ ਨੇ ਅਤੇ ਤਸਵੀਰਾਂ ਵੀ ਇਸ ਗੱਲ ਨੂੰ ਆਪ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਅੱਜ ਪੰਜਾਬ ਦੇ ਲੋਕ ਪੰਜਾਬ ਦੀ ਇਸ ਖੇਤਰੀ ਪਾਰਟੀ ਦਾ ਸਾਥ ਦੇ ਰਹੇ ਨੇ, ਉਸ ਦੀ ਸਪੋਰਟ ਕਰ ਰਹੇ ਨੇ। ਤਾਂ ਜੀ ਹਾਂ, ਇਹ ਕਾਰਵਾਂ ਲਗਾਤਾਰ ਜਾਰੀ ਹੈ ਅਤੇ ਲਗਾਤਾਰ ਜਾਰੀ ਹੈ ਲੋਕਾਂ ਦਾ ਇਸ ਕਾਫਿਲੇ ਦੇ ਨਾਲ ਜੁੜਨਾ।